ਬਾਕੀ ਬੱਕਰੀਆਂ ਵੀ ਹਾਂ ਬਿਲਕੁਲ ਸਾਫ ਸੁਥਰੀਆਂ ਨੇ ਵੀਰੇ, ਇੱਕ ਇੱਕ ਸੂਆ ਸੂਲ ਲਾ ਲਿਆ ਪਹਿਲਾਂ ਹੀ ਨੇ ਵੀਰੇ, ਦੋਨੇ ਭੈਣਾਂ ਭੈਣਾਂ ਨੇ ਬਾਈ। ਹਾਂ ਤਾਂ ਹੁੰਦਾ ਵੀ ਪਸ਼ੂ ਕੋਈ ਦੁੱਧ ਵਾਸਤੇ ਲਈ ਨੇ ਵੀਰੇ, ਦੁੱਧ ਵਾਸਤੇ ਕਰ ਸਕਦੇ ਹੋ। ਖੋਲੀ ਵੀਰੇ ਇਹਦਾ ਵੀ ਝੋਲਾ ਖੋਲ, ਆਹ ਦੇਖੋ ਬਿਲਕੁਲ ਓਕੇ ਨੇ ਬਾਈ, 2 ਲੀਟਰ ਦੁੱਧ ਉਹ ਚੱਲ ਰਿਹਾ ਆਰਾਮ ਨਾਲ ਵੀਰੇ। ਦੋ ਬਈ ਇੱਕ ਗੱਲ ਮੈਂ ਇਹਨੂੰ ਵਾਅਦਾ ਕਰਕੇ ਕਹਿਣਾ ਵੀ ਡੈਰੀ 'ਚ ਜਾਣ ਦੀ ਇਹਨੂੰ ਲੋੜ ਨਹੀਂ ਹੈਗੀ, ਬਥੇਰੇ ਘਰ ਆਪਾਂ ਖਾਲਾਂਗੇ ਕੋਈ ਦਿੱਕਤ ਨਹੀਂ। ਪਰ ਉਹ ਬੰਦੇ ਕਿ ਨਹੀਂ ਸੋਚ ਯਾਰ, ਇੱਕ ਮੈਂ ਸੋਚ ਕੇ ਕਹਿੰਦਾ ਉਹ ਬੰਦੇ ਨੇ ਪੈਸੇ ਪਾਏ ਨੇ ਵਿਚਾਰੇ, 500 ਹੋਰ ਘੱਟ ਕਰ ਲਾ ਚੱਲ, ਰੌਲਾ ਕਿੰਨੀ ਗੱਲ ਦਾ ਦੱਸ ਤੂੰ, ਰੌਲਾ ਗੱਲ ਦਾ ਕੁਝ ਵੀ ਨਹੀਂ ਯਾਰ, ਬਸ ਰੌਲਾ ਸਾਈ ਫੜ ਹੀ ਲਈ ਹੁਣ ਤਾਂ ਬਸ, ਫਿਰ ਕੀ ਹੁੰਦਾ ਯਾਰ, ਮਨ ਵੀ ਲੈਣੇ ਆਏ ਉਧਰ ਬੱਕਰੀਆਂ ਨਹੀਂ ਲਿਆਉ ਆਏ ਚੱਲ ਬਸ ਸਾਰੀਆਂ ਮੇਰੀ ਤਾਂ ਗੱਲ ਐ ਨੀ ਗੱਲ ਹੈਗੀ, ਦੇਖੋ ਮੈਂ ਉਹ ਬੰਦੇ ਇੱਧਰ ਆ ਜਾ ਚਰਨ ਇੱਧਰ ਆ, ਕਿਹੜੀਆਂ ਨੇਗੀਆਂ ਕਿਹੜੀਆਂ, ਬਸ ਤੂੰ ਯਾਰ ਦੇ ਦਿੱਤੀ ਤਾਇਆ ਮੰਨ ਲਿਆ ਕਰ ਗੱਲ, ਇੱਕ ਭਲਾ ਵੀ ਹੋਣਾ ਚਾਹੀਦਾ ਸਾਲਾ, ਨਾ ਕਮਾਵਾਂਗੇ ਇੱਕ ਚੋਂ ਫੇਰ ਆ ਨੇ ਵੀਰੇ ਦੋਨੇ ਕਿਵੇਂ ਸਾਫ ਸੁਥਰੀ ਹੈਗੀ, ਠੀਕ ਹੈ ਜੀ, ਬੰਦਾ ਆਇਆ ਜੀ ਵਿਚਾਰਾ, ਪਰ ਬਾਪਾ ਉਹ ਬੰਦੇ ਨੂੰ ਵੀ ਬਹੁਤ ਦੱਬ ਲਿਆ ਜੀ, ਠੀਕ ਹੈ ਗੱਲ ਆ ਲੈ, ਹਾਂ ਜੀ ਆ ਜੋੜੀ ਪੱਠਾਂ ਦੀ ਆ ਵੀਰੇ, ਇਹ 3-500 ਦੀ ਕਰੀ ਆਪਾਂ ਨੇ ਬਾਈ, ਠੀਕ ਹੈ ਠੀਕ ਹੈ ਵੀਰੇ। ਹਾਂ ਦੇਖੋ ਆਪਾਂ ਇੱਕੋ ਬਾਈ ਦੀ ਫੇਵਰ ਕਰਕੇ ਹੀ ਬਾਈ ਕਰਿਆ, ਉਹਨੂੰ ਉਹਨੂੰ ਵੀ ਦੱਬਿਆ ਵੀ ਤਾਇਆ ਜਨਾੜ ਆ, ਚਾਹੇ ਜਿੰਨੇ ਦੀਆਂ ਮਰਜ਼ੀ ਨੇ ਤੇਰੀਆਂ, ਠੀਕ ਹੈ ਠੀਕ ਹੈ ਜੀ, ਗੱਲ ਆਪਾਂ ਇੱਕ ਸੌਦਾ ਹੀ ਕਰ ਲਿਆ ਇਹਨਾਂ ਨਾਲ ਹੁਣ, ਸਹੀ ਗੱਲ ਹਾਂ ਜੀ ਹਾਂ, ਕਿਵੇਂ ਨੇ ਇਹ, ਨਵੀਆਂ ਨੇ ਵੀਰੇ, ਦੰਦਾਂ ਦੀ ਪੱਠਾਂ ਨੇ, ਬਿਲਕੁਲ ਚਾਰ ਦੰਦ ਹੈਗੀਆਂ, ਭੈਣਾਂ ਭੈਣਾਂ ਨੇ, ਭੈਣਾਂ ਭੈਣੀ ਨੇ ਵੀਰੇ ਦੋਨੇ, ਅਸਲ ਦੇ ਵਿੱਚ ਕਹਿੰਦਾ ਬਾਈ ਵਿਚਾਰੇ ਨਾਰਮਲ ਜਿਹੇ ਇਨਸਾਨ ਨੇ ਵਿਚਾਰੇ, ਇਹ ਵਿਚਾਰੇ ਨਰਮ ਸੀਗੇ ਜੀ, ਆਪਾਂ ਤਾਂ ਕਰਕੇ ਉਹਨਾਂ ਦੀ ਫੇਵਰ ਕਰੀ ਆ, ਉਹ ਬੰਦੇ ਨੂੰ ਬਹੁਤ ਜ਼ਿਆਦਾ ਦੱਬਤਾ ਜੀ, ਠੀਕ ਹੈ ਠੀਕ ਹੈ ਜੀ ਗੱਲ, ਹੁਣ ਕਿੱਥੇ 40,000 ਬਾਈ, ਤਾਂ ਆਪਾਂ ਨੇ ਆਪਦੇ ਥਰੂ ਹੀ ਇਹਨੂੰ ਲੈ ਕੇ ਦੇ ਦਿੱਤੀਆਂ ਵੀ ਨਾ ਯਾਰ ਇਹ ਕੰਮ ਨਹੀਂ ਕਰਨਾ ਹੈਗਾ, ਚਾਹੇ ਤੈਨੂੰ ਘਾਟਾ ਤੇ ਚਾਹੇ ਵਾਧਾ, ਸਹੀ ਗੱਲ ਆ ਠੀਕ ਹੈ ਜੀ ਗੱਲ, ਬਾਕੀ ਬੱਕਰੀਆਂ ਵੀ ਹੈਗੀਆਂ, ਹਾਂ ਬਿਲਕੁਲ ਸਾਫ ਸੁਥਰੀਆਂ ਨੇ ਵੀਰੇ, ਇੱਕ ਸੂਆ ਸੂਲ ਲਾ ਲਿਆ ਪਹਿਲਾਂ ਹੀ ਨੇ ਵੀਰੇ, ਦੋਨੇ ਭੈਣਾਂ ਭੈਣਾਂ ਨੇ ਬਾਈ, ਹਾਂ ਜੀ ਹਾਂ, ਇਹ ਬਾਈ ਆਏ ਨੇ ਕਿੱਥੋਂ ਆਏ ਵੀਰੇ, ਅਸੀਂ ਵੀਰੇ ਖੇੜਕੋਟ ਤੇ ਆਏ ਹਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ ਜੀ, ਅੱਛਾ ਪਿੰਡ ਆਪਣਾ, ਐਡੀ ਦੂਰੋਂ ਆਏ ਹੋ ਜੀ, ਠੀਕ ਹੈ, ਇਹਦੇ ਵਿੱਚ ਵੀ ਨਾ ਇਹ ਬਾਈ ਕਹਿਣ ਲੱਗਿਆ, ਚਲ ਉਹਦਾ ਵਿਚਾਰਾ ਕਹਿੰਦਾ ਮੈਂ ਇੱਕ ਲੈਣੀ ਹੈਗੀ, ਇਹ ਬਾਈ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਥੋੜੇ ਬਹੁਤੇ ਪੈਸੇ ਮੈਂ ਤੈਨੂੰ ਘਾਟ ਵਾਧ ਕਰਕੇ ਦਿੰਦਾ ਤੂੰ ਦੋਨੇ ਹੀ ਲੈ ਲੈ, ਠੀਕ ਹੈ, ਇਸ ਕਰਕੇ ਉਹ ਤਾਏ ਨੂੰ ਹੁਣ ਆਪਾਂ ਨੇ ਦੱਬਿਆ ਜਾਦੇ ਵੀ ਗਰੀਬ ਬੰਦਾ ਕੋਈ ਗੱਲ ਨਹੀਂ ਤੇ ਯਾਰ, ਸਹੀ ਗੱਲ ਹਾਂ ਜੀ, ਪੱਠਾ ਬਹੁਤ ਸਾਫ ਸੁਥਰੀਆਂ ਨੇ, ਲੈ ਚੈੱਕ ਕਰ ਸਕਦੇ ਹੋ, ਦਿਖਾਈ ਬਈ ਬਈ ਸਾਫ ਸੁਥਰੀਆਂ ਨੇ ਵੀ, ਜਾਨੀ ਕਿ ਬਾਈ ਨੂੰ ਘਾਟਾ ਕਿਸੇ ਗੱਲ ਦਾ ਨਹੀਂ, ਕਿਸੇ ਗੱਲ ਦਾ ਵੀ ਨਹੀਂ ਹੈਗਾ, ਠੀਕ ਹੈ ਜੀ, ਨਵੀਆਂ ਨੇ ਬਿਲਕੁਲ, ਜਿਹੜਾ ਥੁਣਾ ਦੀਆਂ ਬਾਈ ਸਾਫ ਨੇਗੀਆਂ, ਦੇਖੋ ਇੱਕ ਤਾਂ ਹੁੰਦਾ ਵੀ ਪਸ਼ੂ ਕੋਈ ਦੁੱਧ ਵਾਸਤੇ ਲਈ ਨੇ ਵੀਰੇ, ਦੁੱਧ ਵਾਸਤੇ ਦੁੱਧ ਵਾਸਤੇ ਕਰ ਸਕਦੇ ਹੋ, ਖੋਲੀ ਵੀਰੇ ਇਹਦਾ ਵੀ ਝੋਲਾ ਖੋਲ, ਆਹ ਦੇਖੋ ਬਿਲਕੁਲ ਓਕੇ ਨੇ ਬਾਈ, 2 ਲੀਟਰ ਦੁੱਧ ਉਹ ਚੱਲ ਰਿਹਾ ਆਰਾਮ ਨਾਲ ਵੀਰੇ, ਦੋ ਬਈ ਇੱਕ ਗੱਲ ਮੈਂ ਇਹਨੂੰ ਵਾਅਦਾ ਕਰਕੇ ਕਹਿਣਾ ਵੀ ਡੈਰੀ 'ਚ ਜਾਣ ਦੀ ਇਹਨੂੰ ਲੋੜ ਨਹੀਂ ਹੈਗੀ, ਦੇਖੋ ਡੋਲੂ ਚੱਕ ਕੇ, ਜੇ ਅੱਜ ਆਪਾਂ 2 ਕਿਲੋ ਦੁੱਧ ਲਿਆਉਣਾ ਨਾ ਬਾਈ 120 ਰੁਪਏ ਦਾ ਹੁੰਦਾ ਆ, ਠੀਕ ਹੈ ਜੀ, ਮਹੀਨੇ ਦਾ ਕਿੰਨਾ ਹੋ ਗਿਆ, ਇਹਨੂੰ ਬਹੁਤ ਫਾਇਦੇਮੰਦ ਚੀਜ਼ ਆ ਬਾਈ, ਇਹ 3 ਲੀਟਰ ਪੱਕਾ ਦੁੱਧ ਨਾਲ ਆਰਾਮ ਨਾਲ ਦੇਈ ਜਾਣਾ ਵੀਰੇ, ਠੀਕ ਹੈ, ਦੋਵਾਂ ਬੱਕਰੀਆਂ ਨੇ ਬਿਲਕੁਲ ਲੈ ਵੀ ਖੁੱਲਾ ਦੁੱਧ ਹੋਊਗਾ, ਬਾਕੀ ਜੇ ਖੁਰਾਕ ਪਾਉਣਗੇ, ਖੁਰਾਕ ਪਾਉਣਗੇ ਵੀਰੇ ਸੇਵਾ, ਸਹੀ ਗੱਲ ਆ, ਬੱਕਰੀਆਂ ਜੋ ਮਰਜ਼ੀ ਦੇ ਮੱਕੀ ਕਣਕ ਸਭ ਕੁਝ ਖਾਂਦੀਆਂ ਨੇ, ਠੀਕ ਹੈ, ਕਿੰਨੇ ਪੈਸੇ ਮੰਗੇ ਸੀ ਬਾਈ ਤੁਸੀਂ, ਮੰਗੇ ਤਾਂ 40,000 ਦੇ, ਠੀਕ ਹੈ ਚਲੋ, ਇਹਦਾ ਫਿਰ ਹੁਣ ਚਰਨੇ ਦੀ ਅਪਲਟ ਆਉਂਦੇ ਨਹੀਂ, ਨਾ ਨਾ ਸਹੀ ਆ, ਓਏ ਉਹ ਵੀ ਮਹਾ ਚੱਲ ਯਾਰ, ਇਹ ਬੱਕਰੀਆਂ ਦੇਖ ਕੇ ਤਾਂ ਨਹੀਂ ਲੱਗਦਾ ਵੀ ਰੁਪਏ ਵਾਲੇ ਕਮਾਏ ਹੋਣਗੇ, ਨਹੀਂ ਨਹੀਂ ਇਹਨਾਂ ਦੀ ਕਮਾਈ ਕਮਾਈ ਕਮੂਈ ਕੀ ਹੈ ਤਾਂ ਬਸ ਇਹਨੇ ਕਹਿ ਦਿੱਤਾ, ਕਹਿੰਦਾ ਜੋ ਬੰਦੇ ਨੂੰ ਆਪਾਂ ਦੇਣੀਆਂ ਨੇ ਚਾਹੇ ਤੈਨੂੰ ਘਾਟਾ ਚਾਹੀਦਾ, ਚਾਹੇ ਘਾਟਾ ਵਹਿ ਚਾਹੇ ਵਾਧਾ, ਠੀਕ ਹੈ, ਇਹਦਾ ਮੁੰਡਾ ਅਸਲ ਦੇ ਵਿੱਚ ਪਹਿਲੇ ਕਹਿ ਜੀ ਬਾਈ ਮੈਨੂੰ ਤਾਂ ਇੰਨੇ ਤੱਕ ਹੀ ਚਾਹੀਦੀਆਂ ਨੇਗੀਆਂ ਤੇ ਉਹਨੇ ਤੱਕ ਦੇ ਲਾ ਰਿਹਾ ਬਾਈ ਆਪਣੇ ਕੋਲ ਯਾਰ, ਉਹ ਫਿਰ ਮਾਣ ਵੀ ਰੱਖਦੇ ਨੇ ਬਾਈ ਵਪਾਰੀ, ਇਹ ਗੱਲ ਨਹੀਂ ਹੈਗੀ, ਜਿਹੜਾ ਬੰਦੇ ਇੰਨਾ ਮਾਣ ਨਾਲ ਆ ਜੇ ਹਨਾ ਉਹਦਾ ਮਾਣ ਰੱਖਣਾ ਹੀ ਪੈਂਦਾ,
ਦੇਖੋ ਵਿਚਾਰੇ ਤਿੰਨ ਜਣੇ ਇਕੱਠੇ ਹੁੰਦੇ, ਤਿੰਨਾਂ ਨੇ ਪੈਸੇ ਇਕੱਠੇ ਕਰਕੇ ਨਾ ਫੇਰ ਪੈਸੇ ਇਕੱਠੇ ਹੋਏ ਨੇਗੇ, ਫੇਰ ਕਿਤੇ ਬੱਕਰੀ ਇੱਕ ਬੱਕਰੀ ਲੈਣ ਆਏ ਸੀ, ਇੱਕ ਬੱਕਰੀ ਲੈਣ ਆਏ ਸੀ ਬਾਈ, ਪਰ ਚਲੋ ਦੋ ਭਾਅ ਨਾਲ ਬਣ ਗਈਆਂ, ਸਾਰਿਆਂ ਨੇ ਪੈਸੇ ਇਕੱਠੇ ਕਰਕੇ ਚਲੋ ਪਾ ਲਏ ਬਾਈ। ਤੁਹਾਡੇ ਆਸਰੇ ਬਾਈ ਦੋ ਲੈ ਜੂਗਾ, ਦੇਖੋ ਖਰਚਾ ਇੱਕ ਤੇ ਵੀ ਓਨਾ ਹੀ ਆ ਜਾਣਾ ਤੇ ਦੋ ਤੇ ਵੀ ਓਨਾ, ਦੋ ਤੇ ਵੀ ਓਨਾ। ਠੀਕ ਆ ਜੀ ਗੱਲ, ਸਹੀ ਗੱਲ, ਲੈ ਬੱਕਰੀ ਤੇ ਫੇਰ ਮਾਰ ਦੇ ਬਾਈ ਕੈਮਰਾ, ਲੈ ਦੁੱਧ ਪੱਖੋ ਚੰਗੀਆਂ ਨੇ, ਚਰ ਨੇ ਮਾਰੀ ਤਾਰਾਂ ਨੂੰ ਬਿਲਕੁਲ ਓਕੇ ਨੇ ਵੀਰੇ, ਆ ਦੇਖੋ ਆਏ ਦਿਨ ਸਰਪੰਚ ਸਾਹਿਬ ਹੋਏ ਮੁੰਡਾ ਸਾਈਡ ਤੇ, ਆ ਦੇਖੋ ਜੀ ਨਵੀਆਂ ਨੇ ਵੀਰੇ ਪੱਠਾਂ ਜਾਵਾਂ ਯਾਰ, ਨਜ਼ਾਰੇ ਵੱਡੂਗਾ ਬਾਈ ਵੀਰੇ। ਠੀਕ ਜੀ, ਔਲ ਮੰਨ ਜਾਂਦਾ ਇੱਕ ਸੂਆ ਲੈ ਲਿਆ ਤਾਂ ਬੱਕਰੀਆਂ ਫ੍ਰੀ ਹੋ ਜਾਣਗੀਆਂ। ਹਾਂ ਜੀ ਹਾਂ ਬਾਈ, ਸਹੀ ਗੱਲ, ਭਾਅ ਵੀ ਕੁਛ ਨਹੀਂ ਬਾਈ ਯਾਰ, ਭਾਅ ਵੀ ਕੁਛ ਨਹੀਂ, ਸਹੀ ਗੱਲ। ਨਹੀਂ ਐਂ ਦੱਸ ਸਰ ਨੇ, ਹਾਂ ਜੀ ਵੀ ਇੰਨੇ ਇੱਕ ਮੁੱਲ ਵਾਲੀ ਲੈ ਕੇ ਬੰਦਾ ਕਾਮਯਾਬ ਰਹਿੰਦਾ ਕਿ ਵੱਧ ਵਾਲੀ? ਦੇਖੋ ਵੀਰੇ ਅੱਜ ਕੱਲ ਤਾਂ ਦੁਨੀਆ ਲੱਖਾਂ ਦੇ ਵਿੱਚ ਵੀ ਖੇਡ ਰਹੀ ਆ, ਲੱਖਾਂ ਵਾਲੀਆਂ ਵੀ ਠੀਕ ਆ ਆਪਾਂ ਮੰਨਦੇ ਆ, ਬੱਕਰੀਆਂ ਹੈਗੀਆਂ ਨੇ ਆਪਾਂ ਜਿਹੜੇ ਨਾਰਮਲ ਬੰਦੇ ਜਿਹੜਾ ਆਪਾਂ ਨਾਰਮਲ ਬੰਦਾ ਵੀਰੇ 15 ਤੋਂ ਲੈ ਕੇ 20 25 ਹਜ਼ਾਰ ਤੱਕ ਬੱਕਰੀ ਖਰੀਦ ਕੇ ਵੀਰੇ ਮਾਰਨੀ ਪੈਂਦੀ ਬੰਦੇ। ਠੀਕ ਹੈ, ਬਿਲਕੁਲ ਇਹੀ ਗੱਲ ਆ ਬਾਈ, ਸਹੀ ਗੱਲ ਆ ਵੀ ਓਨੇ ਕੁ ਭਾਲੀਆਂ ਬੱਕਰੀ ਬੱਚੇ ਬਾਈ ਜੀ 2 ਲੱਖ ਵਾਲੀ ਨੇ ਵੀ ਦੇ ਦੇਣੇ ਨੇ, ਇਹ ਥੋੜ੍ਹਾ ਜਿਹਾ ਨਰਮ ਦੇ ਦੂ, ਥੋੜ੍ਹਾ ਜਿਹਾ ਗਰਮ ਦੇ ਦੂ, ਉਹਦਾ ਬਾਈ ਜੀ 10,000 ਦਾ ਵਿਕ ਜੂਦਾ, 5,000 ਤੋਂ ਡਿੱਗਦਾ ਹੀ ਨਹੀਂਗਾ। ਸਹੀ ਗੱਲ, ਫਰਕ ਇੰਨਾ ਕੀ ਆ ਵੀਰੇ, ਬਾਕੀ ਸੁਥਰੀਆਂ ਨੇ ਪੱਠਾ, ਸੁਥਰੀਆਂ ਨੇ ਬਾਈ, ਕੁਆਲਿਟੀ ਵੀ ਹੈਗੀ ਆ, ਸਿੰਗ ਵਗੈਰਾ ਬਹੁਤ ਵਧੀਆ ਨੇ, ਬਹੁਤ ਭੈਣਾ ਨੇ ਬਾਈ ਦੋਨੇ। ਚੰਗਾ ਬਾਈ, ਧੰਨਵਾਦ ਹੈ ਤੁਹਾਡਾ ਹੀ, ਬਹੁਤ ਬਹੁਤ ਧੰਨਵਾਦ ਬਾਈ ਜੀ।